ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਲੋਕ ਰਾਜ ਦੀ ਜਿੱਤਣੀ ਹੈ, ਸਰਕਾਰੀ ਤੰਤਰ ਦੀ ਜਿੱਤ ਹੋਈ ਆ। ਸਰਕਾਰ ਨੇ ਆਪਣਾ ਸਰਕਾਰੀ ਤੰਤਰ ਨੂੰ ਬੇਵਾਕ ਵਰਤਿਆ ਔਰ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਜਿਹੜੇ ਸਾਬਕਾ ਸਰਪੰਚ ਸੀ ਉਹਨਾਂ ਨੂੰ ਕੇਸਾਂ 'ਚ ਇਨਵੋਲਵ ਕਰਨ ਦਾ, ਮੌਜੂਦਾ ਸਰਪੰਚਾਂ ਨੂੰ ਲਾਲਚ ਦੇਣ ਦਾ ਔਰ ਖਾਸ ਤੌਰ 'ਤੇ ਮਨਰੇਗਾ ਦੀ ਜਿਹੜੀ ਲੇਬਰ ਸੀ ਉਹਨੂੰ ਵੀ ਮਿਸਯੂਜ ਕੀਤਾ। ਅਤੇ ਇੱਕ ਵੱਡਾ ਕਾਰਨ ਇਹ ਹੋਇਆ ਕਿ ਜਿਹੜਾ ਆਪ ਦਾ ਵੋਟ ਬੈਂਕ ਆ ਉਹਨੂੰ ਕਾਂਗਰਸ ਦੀ ਝੋਲੀ 'ਚ ਚਲਿਆ ਗਿਆ। ਕਾਂਗਰਸ ਦੀ ਝੋਲੀ 'ਚ ਜਾਣ ਕਰਕੇ ਉਹ ਵੀ ਇੱਕ ਹਾਰ ਦਾ ਕਾਰਨ ਬਣਿਆ। ਪਰ ਇਹ ਸਾਰੇ ਕੁਝ ਦੇ ਬਾਵਜੂਦ ਵੀ ਅਸੀਂ ਆਪਣੇ ਵੋਟ ਬੈਂਕ ਜਿਹੜਾ ਵਧਾਉਣ ਦੇ ਵਿੱਚ, ਵੋਟਾਂ ਦੀ ਗਿਣਤੀ ਵਧਾਉਣ ਦੇ ਵਿੱਚ ਸਫਲ ਹੋਏ ਹਾਂ। ਇਹ ਸਾਡੇ ਲਈ ਮੈਂ ਸਮਝਦਾ ਇੱਕ ਸ਼ੁਭ ਸੰਕੇਤ ਵੀ ਆ ਵੀ ਕਾਂਗਰਸ ਦਾ ਪ੍ਰਧਾਨ 1 ਲੱਖ ਵੋਟਾਂ 'ਤੇ ਹਾਰਿਆ, ਸਾਡਾ ਪ੍ਰਧਾਨ 2 ਲੱਖ ਵੋਟਾਂ 'ਤੇ ਜਿੱਤਿਆ। ਇਹ ਵੀ ਸ਼ੁਭ ਸੰਕੇਤ ਆ। ਔਰ ਵੈਸੇ ਜਿਸ ਹਿਸਾਬ ਨਾਲ ਕਾਂਗਰਸ ਨੇ ਖਾਸ ਤੌਰ 'ਤੇ ਪਟਿਆਲੇ ਦੇ ਵਿੱਚ ਅੰਨੇ ਵਾਹ ਦੁਰਵਰਤੋਂ ਕੀਤੀ ਸਰਕਾਰੀ ਮਸ਼ੀਨਰੀ ਦੀ ਔਰ ਲੋਕਾਂ ਦੇ ਝੂਠੇ ਕੇਸ ਬਣਾਏ, ਡਰਾਮੇ ਦਿੱਤੇ, ਭਾਵੇਂ ਵਕਤੀ ਤੌਰ 'ਤੇ ਤਾਂ ਉਹਦਾ ਫਾਇਦਾ ਉਠਾ ਗਏ, ਲੋਕ ਸਭਾ ਚੋਣ ਜਿੱਤ ਗਏ, ਪਰ ਲੰਮੇ ਸਮੇਂ 'ਚ ਇਹਦੇ ਨਤੀਜੇ ਭੁਗਤਣੇ ਪੈਣਗੇ ਕਾਂਗਰਸ ਪਾਰਟੀ ਨੂੰ, ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ, ਜਿਹੜੀਆਂ ਇਹਨਾਂ ਚੋਣਾਂ ਦੇ ਨਾਲ ਜਾਤੀਆਂ ਹੋਈਆਂ ਨੇ ਉਹਨਾਂ ਦਾ। ਮੈਂ ਸਮਝਦਾ ਇਕੱਲਾ ਜਾਖੜ ਸਾਹਿਬ ਹੀ ਨਹੀਂ ਅਸਤੀਫਾ ਦੇ ਰਹੇ ਬਲਕਿ ਰਾਹੁਲ ਗਾਂਧੀ ਆਪ ਖੁਦ ਅਸਤੀਫਾ ਦੇ ਰਹੇ ਨੇ। ਇਹ ਜਿਹੜੀ ਅਸੀਂ ਕਿਆਸਾਈਆਂ ਕੀਤੀਆਂ ਸੀ, ਭਵਿੱਖਬਾਣੀ ਕੀਤੀ ਸੀ ਕਿ NDA ਦੀ ਸਰਕਾਰ ਦੁਬਾਰਾ ਆਏਗੀ ਤਾਂ ਕਾਂਗਰਸ ਪਾਰਟੀ ਤਾਸ਼ ਦੇ ਪੱਤਿਆਂ ਵਾਂਗ ਖਿੰਡਜੇਗੀ, ਉਹ ਤਾਸ਼ ਦੇ ਪੱਤਿਆਂ ਵਾਂਗ ਖਿੰਡਣ ਲੱਗ ਗਈ ਔਰ ਕਾਂਗਰਸ ਦਾ ਭਵਿੱਖ ਹੁਣ ਖਤਰੇ ਵਿੱਚ ਆ। ਕਾਂਗਰਸ ਹੁਣ ਦੇਸ਼ ਕਦੇ ਰਾਜ ਸੱਤਾ ਹਾਸਲ ਨਹੀਂ ਕਰ ਪਾਏਗੀ ਕਿਉਂਕਿ ਕਾਂਗਰਸ ਨੂੰ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਿਆ। ਉਸਨੂੰ ਕਿਸ ਧਰਤੀ ਦੇ ਦਿੰਦੇ ਕੰਵਰ ਵਿਜੇ ਪ੍ਰਤਾਪ ਨੂੰ ਮੁੜ ਕੇ ਉਸ ਅਹੁਦੇ 'ਤੇ ਲਾਉਣਾ, ਮੈਂ ਸਮਝਦਾ ਚੋਣ ਕਮਿਸ਼ਨ ਦੇ ਜਿਹੜੇ ਨਿਯਮ ਨੇ ਉਹਨਾਂ ਦੀ ਵੀ ਉਲੰਘਣਾ, ਇਹ ਗੈਰ ਕਾਨੂੰਨੀ ਆ ਕਿਸਮ ਦਾ ਕਿ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਅਧਿਕਾਰੀ ਨੂੰ ਉਹਦੀ ਡਿਊਟੀ ਤੋਂ ਹਟਾਉਣਾ। ਹਮੇਸ਼ਾ ਇਹ ਪ੍ਰਚਲਿਤ ਰਿਹਾ ਕਿ ਮੁੜ ਕੇ ਉਸ ਡਿਊਟੀ 'ਤੇ ਤੈਨਾਤ ਨਹੀਂ ਕੀਤਾ ਜਾਂਦਾ, ਪਰ ਕੈਪਟਨ ਸਾਹਿਬ ਦੀ ਸਰਕਾਰ ਨੇ ਆਪਣੀ ਜਿੱਦ ਕਰਕੇ, ਆਪਣੇ ਪੋਲੀਟੀਕਲ ਮੋਟੀਵੇਟਡ ਇੰਟਰਸਟਰ ਕਰਕੇ ਇਹ ਜਿਹੜੀ ਕਾਰਵਾਈ ਕੀਤੀ ਆ, ਸਾਰੇ ਕਾਨੂੰਨ ਰਵਾਇਤਾਂ ਸਿੱਕੇ ਟਾਂਗ ਕੇ, ਇਹਦਾ ਵੀ ਇੱਕ ਦਿਨ ਖਮਿਆਜ਼ਾ ਕੈਪਟਨ ਸਾਹਿਬ ਨੂੰ ਭੁਗਤਣਾ ਪਏਗਾ। ਦੇਖੋ OP ਵਿੱਦਿਆ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਮੈਂ ਸਮਝਦਾ ਬੜਾ ਮਦਭਾਗਾ। ਜੇ ਬਾੜੀ ਖੇਤ ਨੂੰ ਖਾਏ ਤਾਂ ਖੇਤ ਕਿਵੇਂ ਵੱਜ ਸਕਦਾ। ਜਿਨ੍ਹਾਂ ਲੋਕਾਂ ਨੇ ਰਾਖੀ ਕਰਨੀ ਆ, ਪੰਜਾਬ ਦਾ ਵਿੱਦਿਆ ਮੰਤਰੀ ਹੋਵੇ, ਸਕੂਲ ਦੇ ਵਿੱਚ ਇੱਕ ਬੱਚੀ ਨਾਲ ਰੇਪ ਹੋਇਆ ਹੋਵੇ ਅਤੇ ਸਿਰਫ ਇਹ ਕਹਿ ਕੇ ਟਾਲਦੇ ਵੀ ਜੇ ਮਾੜੇ ਬੰਦੇ ਹੋਣਗੇ ਤਾਂ ਇਹੀ ਹਾਲ ਹੋਏਗਾ, ਅਤੇ ਮਾੜੇ ਬੰਦਿਆਂ ਨੂੰ ਰੋਕੂ ਕੌਣ, ਅਤੇ ਇਹਨਾਂ ਪ੍ਰਾਈਵੇਟ ਸਕੂਲਾਂ 'ਤੇ ਨੱਥ ਕੌਣ ਪਏਗਾ, ਪ੍ਰਾਈਵੇਟ ਸਕੂਲਾਂ ਨੂੰ ਜ਼ਿੰਮੇਵਾਰ ਕੌਣ ਬਣਾਏਗਾ, ਇਹ ਵਿੱਦਿਅਕ ਸਿਸਟਮ ਦੇ ਵਿੱਚ ਸੁਧਾਰ ਕੌਣ ਲਿਆਏਗਾ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਅਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ। ਅੱਜ ਪੰਜਾਬ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ। ਟਕਸਾਲੀਆਂ ਤਾਂ 10,000 ਵੋਟ ਮਿਲੀ ਆ ਸਾਰੇ ਪੰਜਾਬ 'ਚ। ਟਕਸਾਲੀਆਂ ਨੇ ਤਾਂ ਆਪਣਾ ਟਕਸਾਲੀ ਬਣਾ ਉਦੋਂ ਹੀ ਖਤਮ ਕਰ ਲਿਆ ਸੀ ਜਦੋਂ ਬੀਰ ਦਵਿੰਦਰ ਵਰਗੇ ਟਿਕਟ ਦੇ ਦਿੱਤੀ।